Sie haben die एक बार आ जा तेरे जान के पास
ਖੁਦ ਖਾਨੇ ਨੂੰ ਕਿਬਲਾ ਬਣਾ ਦਿਆਂਗਾ, ਤੇਰੇ ਲਾਲ ਦੀ ਸਹੁੰ ਕਾਇਨਾਤ ਦੇ ਸਰ ਖਾਨਾ ਕਾਬਾ ਦੇ ਵੱਲੇ ਝੁਕਾ ਦਿਆਂਗਾ। ਔਰ ਅਲੀ ਸੇ ਪਹਿਲੇ ਇਬਾਦਤ ਕਾ ਇੰਤਜ਼ਾਮ ਨਾ ਥਾ, ਅਲੀ ਸੇ ਪਹਿਲੇ ਇਬਾਦਤ ਕਾ ਇੰਤਜ਼ਾਮ ਨਾ ਥਾ, ਅਦਬ ਰਸੂਲ ਕਾ ਖਾਲਕ ਕਾ ਇਹਤਰਾਮ ਨਾ ਥਾ, ਨਮਾਜ਼ ਹੋਤੀ ਵੀ ਕਾਇਮ ਤੋ ਕਿਸ ਤਰ੍ਹਾਂ ਹੋਤੀ, ਖੁਦਾ ਕਾ ਘਰ ਤੋ ਬਣਾ ਥਾ ਮਗਰ ਇਮਾਮ ਨਾ ਥਾ। ਜਿਹੜਾ ਫਸ ਜਾਏਗਾ ਤੁਸੀਂ ਪਹਿਲੇ ਸੁਣਿਆ ਹੈ, ਅੱਜ ਉਹ ਨਹੀਂ, ਅੱਜ ਤੇਰਾ ਤਜਵਜ਼ਾ ਹੈ। ਪੂਰੀ ਤਜਵਜ਼ ਪੇਸ਼ ਕਰਾਂ, ਅਲੀ ਅਲੀ ਵੇ ਤੇ ਪਕਾ ਨਹੀਂ ਤੇ ਫਸ ਜਾਏਗਾ, ਅਲੀ ਅਲੀ ਵੇ ਤੇ ਪਕਾ ਨਹੀਂ ਤੇ ਫਸ ਜਾਏਗਾ। ਜ਼ਮਾਨਾ ਪੜ ਕੇ ਰਾਜ਼ੀ ਹੋਵਣ, ਰਾਣੀ ਦੀ ਖਿਦਮਤ, ਬਾਦਸ਼ਾਹ ਜੀ ਦੀ ਡਿਊਟੀ, ਸਰਕਾਰ ਦੀ ਹਾਜ਼ਰੀ ਕਬੂਲ ਹੋਵੇ। ਲਫ਼ਜ਼ਾਂ ਕਸਰ ਨਹੀਂ ਕਰਨੀ, ਉਹ ਸ਼ੇਰ ਪੜ੍ਹਨਾ ਹੈ। ਅੱਲਾਹ ਦੇ ਰਸੂਲ ਜਾਨਵੀ ਜਿੱਦਾਂ ਸੁਲਤਾਨ ਤਕਬੀਰਾਂ ਨੂੰ ਲੈ ਕੇ ਨਿਕਲੇ, ਆਪਣੀ ਨਬੋਬਤ ਦੇ ਗਵਾਹ ਨੂੰ ਲੈ ਕੇ ਨਿਕਲੇ। ਅੱਗੋਂ ਮਿਲ ਗਿਆ ਜਹਿਲਾਂ ਦਾ ਅੱਪਾ, ਆਵਾਜ਼ ਦੇ ਕੇ ਅੱਖ ਲੱਗਾ, ਜੀ ਮੇਰਾ ਵੀ ਹੱਕ ਬਣਦਾ। ਸਰਕਾਰ ਨੇ ਆਖਿਆ, ਅੱਜ ਤੈਨੂੰ ਮੈਂ ਮੂੰਹ ਮੰਗਿਆ ਇਨਾਮ ਦੇਵਾਂਗਾ ਮੁਬਾਰਕ ਦੇ, ਤੈਨੂੰ ਕਿਤੇ ਨਹੀਂ ਇਵੇਂ ਨਹੀਂ, ਮੈਂ ਤਾਂ ਆਪਣਾ ਕੰਮ ਕਰਕੇ ਲੈਣਾ। ਉਹ ਕੰਮ ਕਿਆ ਆ? ਖੁਦਾਂ ਦੇ ਪੈਰਾਂ ਦੀ ਮਿੱਟੀ ਸਲਾਈ ਨਾਲ ਲਾ ਕੇ ਬੱਚੇ ਦੀ ਅੱਖ ਚ ਲਾਉਂਦਾ ਹਾ ਕਿ ਜਿਹੜਾ ਵੀ ਬੱਚਾ ਉੱਥੇ ਬੁੱਧ ਪਰਸਤ ਬਣ ਗਿਆ। ਅੱਖ ਲਗਾ, ਨਹੀਂ ਜੀ ਨਹੀਂ, ਮੈਂ ਇਵੇਂ ਨਹੀਂ, ਮੈਂ ਤਾਂ ਆਪਣਾ ਕੰਮ ਕਰਕੇ ਪੈਸੇ ਲੈਣੇ ਨੇ। ਹਜ਼ੂਰ ਨੇ ਆਖਿਆ, ਸੁਣ ਲਏ ਜਾਹਿਲਾ ਮਿੱਟੀ ਲੈ ਕੇ ਆਉਂਦਾ ਸੁਰ ਮਾਪਣਾ ਏ, ਇੱਥੋਂ ਮਿੱਟੀ ਲੈ ਕੇ ਆਉਂਦਾ ਸੁਰ ਮਾਪਣਾ ਏ, ਵੇਖ ਲਿਆ ਤੇਰਾ ਬੰਨ ਮਸ਼ਵੀਰ ਮੇਰਾ, ਅੱਲਾ ਦਾ ਰਸੂਲ ਕਹਿੰਦਾ ਵੇਖ ਲਿਆ ਤੇਰਾ ਬੰਨ ਮਸ਼ਵੀਰ ਮੇਰਾ ਮਨ, ਛੇਤੀ ਨਾਲ ਸੁਰ ਮਾਲੁਕਾ ਨਹੀਂ ਤੇ ਫਸ ਜਾਏਗਾ। ਯਕੀਨਨ ਹਰ ਬੰਦੇ ਨੂੰ ਬੋਲਣਾ ਪਵੇਗਾ। ਸ਼ੇਰ ਹੀ ਐਸਾ ਪੇਸ਼ ਕਰ ਰਹੀ ਹਾਂ, ਸ਼ਾਇਦ ਇਸ ਤੋਂ ਪਹਿਲੇ ਇਸ ਰਬਤ ਕਿਸੇ ਨਾਲ ਲਿਖਿਆ ਹੋਵੇ। ਉਹ ਆਵਾਜ਼ ਦੇ ਕੇ ਆਖਣ ਲੱਗਾ, ਨਹੀਂ ਜੀ ਮੈਂ ਤਾਂ ਇਹ ਸਲਾਈ ਲਾ ਕੇ ਫਿਰ ਪੈਸੇ ਲੈਣੇ ਨੇ, ਐਵੇਂ ਨਹੀਂ ਲੈਣੇ। ਉਸ ਵੇਲੇ ਅੱਲਾ ਦੇ ਰਸੂਲ ਨੇ ਆਖਿਆ, ਸੁਣ ਲਏ ਗਲਤ ਕਿਸੇ ਨੇ ਤੈਨੂੰ ਸਬਕ ਪੜ੍ਹਾਇਆ ਹੈ, ਕਿਸੇ ਨੇ ਸਬਕ ਪੜ੍ਹਾਇਆ ਹੈ, ਸ਼ੇਰਾਂ ਨੂੰ ਵੀ ਕਦੀ ਕਿਸ ਸੁਰ ਮਾਪਾਇਆ। ਮੌਲਾ ਇਮਾਮ ਜ਼ਮਾਨਾ ਥੋੜ੍ਹੇ ਰਾਜ਼ੀ ਹੋਵਣ, ਬਲ ਪੜ੍ਹਦਾ ਸ਼ੇਰ ਮੁਕੰਮਲ ਕਰਦਾ।
मैं अपना पूरा जोर लगा के कि सारे बंदे शायद मेरी गल कर बात कर मैं हो सकता है किसी अपनी ड्यूटी पर लेकिन समझदा तारे पा चाट छाट खा के पीछे हट गया। अल्लाह के रसूल नबूवत के वक्त में लेके अर्ज पहुंचा, आवाज़ दी इंसानियों को भी हत्याओ जेड़ा पीला मेरे वास्ते अगर उसे अब्दुल मतलब ने बता सारी मेरी पढ़ाई एक पास है जुमले एक पास वो जुमला जरा हजरत अब्दुल मतलब ने जनाब रिसालत मुआफ़त बनवाया हुआ उस रसूल ने भावें वो दाइयाँ लोरी दिती है कि नहीं दिती जुमला जरूर आया जुमला वो झूला उस झूले अली मुर्तज़ा में लटाया गया उस झूले से अली मुर्तज़ा लटाया गया। अजे लेटे ने औरतां पुछदियां पईयां ने बच्चा नानकियां ते गया या दादकियां ते जब दरवाजे तो छुपाट आया वो आज दहाने चौदह सितारे के बच्चे लिखा है कि वह पत्तियां नहीं चीर का होया आज दहा वैसे भी है मैं खा लिया कि ऐसा हाल पाया ऐसा कोई सब नहीं ऐसे कोई सब तो लोग डर जाते हैं एक बड़ा बड़ा दरबार आया ये दरवाजा लंघिया इलम पहचान में इसने आके पिंग हिजमू रखिया छप का कम है सूपना का मतलब यह होता है कि पहले ग्राम है वो पान है फिर डंग मार इस अजा हाल का छूकना पूरी कदर इसका छूकना है करार घुटनिया के बल पीघे च हो गए पीघे दिया मुनिया नप लिया सप दिया अखा च अख पा के हैदरे करार ने सप न आख्या पुख्ता इरादे मेरे भाई गल सुनो मेरी जे इस काबल गल हुई तो बोल पवे जे इस काबल ना हुई तो शब्द मैं अपना पूरा बोलता हैदरे करार ने सुकूनी जी नहीं ऐसे कुछ सप नहीं बड़े सारे नाम ललकारिया पीघे दिया मुनिया नप के घुटनिया से बल हो के सप दिया अखा ऐन लवरिया अखा पा के अली बोलिया सप नए इरादे बड़ाई दले नबी का गुलाम अल्लाह का मैं से साहब इतों तक तो नहीं गल है अपने घर की मौला ने सब कुछ लटकारिया आम बच्चा नहीं मैं अल्लाह का शेर हाँ मैं सुनला लेकिन जी गल अगो अली ने आखी है वो थोड़े सुनने ली है थने आ रो पूरी फजो के नाल सुननी है हैदर करार ने सब न आखिया नबी का गुलाम हाते अल्लाह दा शेरा।
ਵੀ ਚੇਰਾ ਸਾਮੀ ਲੱਭ ਹੋਰ ਕੋਈ ਸਾਮੀ ਲੱਭ ਖਾਨ ਸਲਾਮਤ ਰੱਖੇ ਮੈਂ ਫਿਰ ਦੁਬਾਰਾ ਪੇਸ਼ ਕਰਦਾ ਸ਼ਾਇਦ ਤੇਰੇ ਦਿਲ ਮੇ ਉਤਰ ਜਾਏ ਮੇਰੀ ਬਾਤ ਅਲੀ ਨੇ ਸੱਪ ਨੂੰ ਆਖਿਆ ਮੈਨੂੰ ਨਾ ਇਹ ਸ਼ੋਭੀ ਜਾਂ ਵਿਖਾ ਨਹੀਂ ਤੇ ਫਸ ਮੰਗਣਾ ਹੋਈ ਤੇ ਮੰਗ ਲੈ ਮੈਂ ਵੀ ਗੁਨਾਹਗਾਰ ਹਾਂ ਗੁਨਾਹਗਾਰ ਮੋਹਨ ਮੈਂ
ਵਾਕਨ ਕੁਛ ਮੰਗ ਹਵਾਲ ਨਹੀਂ ਕਰ ਸਕਦਾ ਮੌਲਾ, ਇਸ ਤੋਂ ਜ਼ਿਆਦਾ ਕਿਆ ਮੰਗਾ? ਰਸੂਲ ਦੇ ਪੁੱਤਰ ਦਾ ਲਾਨਤ ਤੇ ਗੁਨਾਹਗਾਰ ਦੱਸਦਾ ਮੈਂ ਗਲਤੀ ਦੇ ਨਾਲ ਇਤਨੀ ਦੇਰ ਦੁਜ਼ਖਾਂ ਦੇ ਪਾਸੇ ਰਿਹਾ ਤੇ ਹੁਣ ਮੈਂ ਜੰਨਤਾਂ ਦੇ ਪਾਸੇ ਆ ਗਿਆ। ਬਸ ਥੋੜ੍ਹਾ ਜਿਹਾ ਇਹ ਸੋਚ ਆ ਗਈ ਕਿ ਮੈਂ ਇਤਨੀ ਦੇਰ ਉਧਰ ਰਿਹਾ। ਬਖਸ਼ਿਸ਼ ਦੇ ਮੁਤਲਕ ਇਮਾਮ ਨੇ ਫਰਮਾਇਆ, ਹੋ ਸੋਨਾ ਕਿ ਸਾਡਾ ਸ਼ਹਿਰ ਸਾਡਾ ਘਰ
ਸਾਡੀ ਹਕੂਮਤ ਤੇ ਕੌਣ ਹੈ ਜਿਹੜਾ ਸਾਨੂੰ ਇੱਥੇ ਰਾਹ ਨਹੀਂ ਦਿੰਦਾ? ਕਿਉਂ ਸਮਾਨ ਬਣੀ ਦੇ ਪਏ ਵੇਖਿਆ ਜੋ ਚੱਲ ਜਾਏ